ਫੇਰ ਨਹੀਂ ਕਿੱਥੇ ਆ ਮੈਂ ਕਿਹਾ ਉਹ ਤਾਂ ਗੱਡੀ 'ਚ ਬੈਠੀ ਆ ਪੰਜਾਬੀ 뮤직 ਇੰਡਸਟਰੀ ਦੀ ਗੁਲਾਬੀ ਕੁਈਨੀ ਯਾਨੀ ਕਿ ਜੈਸਮੀਨ ਸੈਂਡਲਸ ਜੋ ਅਕਸਰ ਰਹਿੰਦੀ ਹੈ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਐਕਟਿਵ ਅਤੇ ਹਾਲ ਹੀ ਦੇ ਵਿੱਚ ਜੈਸਮੀਨ ਨੇ ਆਪਣੇ ਸਿਸਟਰ ਦੇ ਨਾਲ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਸ ਦੇ ਵਿੱਚ ਦੋਨੋਂ ਆਪਣੀ ਕਾਰ ਦੇ ਵਿੱਚ ਬੈਠੀਆਂ ਹੋਈਆਂ ਨੇ ਅਤੇ ਉਹਨਾਂ ਦੀ ਗੱਡੀ ਨੂੰ ਘੇਰਾ ਪਾਇਆ ਹੋਇਆ ਹੈ ਸ਼ੇਰਾਂ ਨੇ ਅਤੇ ਨਾਲ ਹੀ ਕਹਿੰਦੀ ਹੈ ਜੈਸਮੀਨ ਕਿ ਸ਼ੇਰ ਨਹੀਂ ਤਾਂ ਗੱਡੀ 'ਚ ਬੈਠੀ ਹੈ ਸੋ ਤੁਸੀਂ ਵੀ ਦੇਖੋ ਉਹ ਵੀਡੀਓ ਬੱਕਰੀਆਂ ਬੱਕਰੀਆਂ ਵੇਖ ਲਈਆਂ ਆਪਾਂ ਅੱਜ ਮੱਝਾਂ ਗਾਵਾਂ ਦੇਖ ਲਈਆਂ ਉਹ ਸਾਰੇ ਜਣੇ ਆਏ ਇੱਥੇ ਦੇਖਣ ਸ਼ੇਰ ਹੁਣਾਂ ਨੂੰ He's sitting there chilling, no care in the world, not even giving a fuck. ਇੱਧਰ ਵੇਖੀ ਕੀ ਹੁੰਦਾ ਇੱਧਰ ਮੈਂ ਅਸੀਂ ਸ਼ੇਰ ਦੀ ਫੋਟੋ ਕਿਤੇ ਮੁੰਡਾ ਮੇਰੇ ਪੁੱਤ ਕਿਤੇ ਵੇਖੀ ਇਹਨਾਂ ਕਰੀ ਪੈਣ ਉੱਧਰ ਸ਼ੇਰ ਤਾਂ ਉੱਧਰ ਆ ਵੈਲ ਟੈਕਨੀਕਲੀ ਸ਼ੇਰ ਨਹੀਂ ਇੱਧਰ ਆ ਸਹੀ ਗੱਲ ਨਾ ਸੋਹਣਾ ਲੱਗਣ ਡਿਆ ਤੇਰੀ ਬਾਤ ਨਹੀਂ ਪੁੱਛੀ ਹੈਲੋ ਕਹਿ ਜਾ ਆ ਜਾ ਤੇ ਸਵੇਰ ਦੇ ਆਇਆ ਤੇ ਮਿਲਣ ਆਪਾਂ Who was the one to give the king of the jungle a head rub? Yeah. Well, he doesn't need to eat meat. Yes. Everybody loves head rubs. Yes, okay. He's a vegetarian. He's a vegetarian, okay.